ਲੁਧਿਆਣਾ ਵਿੱਚ ਬੀਤੇ ਦਿਨੀ ਐਸਟੀਐਫ ਵੱਲੋਂ ਸਾਬਕਾ ਅਕਾਲੀ ਸਰਪੰਚ ਤੋਂ ਬਰਾਮਦ ਕੀਤੀ ਗਈ ਨਸ਼ੇ ਦੀ ਵੱਡੀ ਖੇਪ ਦੇ ਮਾਮਲੇ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਵੱਡਾ ਜਾਮ ਲਾਇਆ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਲੁਧਿਆਣਾ ਦੀ ਸੀਨੀਅਰ ਲੀਡਰਸ਼ਿਪ ਦੇ ਸਨੇ ਜਗਰਾਓਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਅਤੇ ਅਨਮੋਲ ਗਗਨ ਮਾਨ ਵੀ ਮੌਜੂਦ ਰਹੀ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਤੋਂ ਪਰੇਸ਼ਾਨ ਹੋ ਚੁੱਕੇ ਨੇ ਅਤੇ ਹੁਣ ਬਦਲ ਲੱਭਣਾ ਚਾਹੁੰਦੇ ਨੇ। ਅਸੀਂ ਨਕਾਰਦੇ ਹਾਂ, ਅਸੀਂ ਤੁਹਾਡੀ ਸਰਕਾਰ ਨੂੰ ਜਦੋਂ ਹਰ ਥਾਂ ਕੈਪਟਨ ਸਾਡੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਬੜੀ ਲੰਬੇ ਅਰਸੇ 10 ਸਾਲ ਹੁਣ ਲਗਾਤਾਰ ਉਹਨਾਂ ਨੇ ਰਾਜ ਕੀਤਾ, ਤੋਂ ਪਹਿਲਾਂ ਕੈਪਟਨ ਦੀ ਸਰਕਾਰ ਹੀ ਹੁਣ ਫਿਰ ਆਈ, ਇਹ ਸਾਰੇ ਪੰਜਾਬ ਦੇ ਲੋਕ ਤੁਹਾਨੂੰ ਜਿਹੜੀਆਂ ਹੜਤਾਲਾਂ ਹੋ ਰਹੀਆਂ, ਜਿਹੜੇ ਰੋਸ ਮਾਰਚ ਹੋ ਰਹੇ, ਹੁਣ ਤੁਹਾਡੇ ਦੋਵਾਂ ਦੇ ਪੁਤਲੇ ਫੂਕੇ ਗਏ, ਇਹ ਪੰਜਾਬ ਦੇ ਲੋਕ ਦੱਸ ਰਹੇ ਕਿ ਤੁਹਾਨੂੰ ਤੁਹਾਡੀ ਸਰਕਾਰ ਨਹੀਂ ਪਸੰਦ, ਜਿਹੜੇ ਤੁਸੀਂ ਕੰਮ ਕਰ ਰਹੇ ਹੋ ਨਹੀਂ ਪਸੰਦ। ਜੇ ਤੁਸੀਂ ਪੰਜਾਬ ਦੇ ਲੋਕਾਂ ਲਈ ਕੰਮ ਕੀਤੇ ਹੁੰਦੇ ਤਾਂ ਅੱਜ ਸਾਰਾ ਪੰਜਾਬ ਮੇਲਿਆਂ ਦੀ ਧਰਤੀ, ਹੜਤਾਲਾਂ ਦੀ ਧਰਤੀ ਨਾ ਬਣੇ ਹੁੰਦੀ। ਸੋ ਤੁਹਾਡਾ ਜਿਹੜਾ ਟਾਈਮ ਆ, ਸਾਲ ਔਖੇ ਸੌਖੇ ਤੁਹਾਡੇ ਨਾਲ ਅਸੀਂ ਕਿਵੇਂ ਨਾ ਕਿਵੇਂ ਕੱਟਾਂਗੇ, ਕਿਉਂਕਿ ਤੁਸੀਂ ਜਿਹੜਾ ਬੰਦਾ ਆਪਣੀ ਜ਼ਮੀਰ ਮਰ ਚੁੱਕੀ ਹੋਵੇ ਉਹ ਅਸਤੀਫਾ ਤਾਂ ਨਹੀਂ ਦਿੰਦਾ, ਤੁਸੀਂ ਅਸਤੀਫਾ ਤਾਂ ਨਹੀਂ ਦਿਓਗੇ, ਕਿਉਂਕਿ ਇਹ ਤੁਸੀਂ ਇਹ ਕੁਰਸੀ ਦੇ ਲਈ ਕਿਸੇ ਹੱਦ ਤੱਕ ਜਾ ਸਕਦੇ ਹੋ। ਸੋ ਅੱਜ ਜਿਹੜੇ ਤੁਹਾਡੇ ਰਾਣੂਕੇ ਦੇ ਸਰਪੰਚ ਨਾਲ ਰਿਸ਼ਤੇ ਨਿਕਲੇ ਆ ਦੋਨੇ ਸਰਕਾਰਾਂ ਦੇ, ਉਹਦਾ ਜਵਾਬ ਦੇ ਦਿਓ। ਜਦੋਂ ਮਾਰਚ ਦੇ ਵਿੱਚ ਲੋਕਡਾਊਨ ਲੱਗਿਆ ਸੀ ਤਾਂ ਇਹਨਾਂ ਨੇ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਆਪਣਾ ਨਸ਼ੇ ਦਾ ਲੱਕ 4 ਹਫ਼ਤਿਆਂ 'ਚ ਤੋੜਨਾ, ਅਤੇ ਇਹ ਦਾਅਵੇ ਵੀ ਕਰਦੇ ਰਹੇ ਵੀ ਅਸੀਂ ਨਸ਼ੇ ਦਾ ਲੱਕ ਤੋੜਤਾ। ਚਲੋ ਅਸੀਂ ਨਸ਼ੇ ਦਾ ਲੱਕ ਤੋੜਤਾ ਕਿਵੇਂ ਮੰਨੀਏ, ਤੁਸੀਂ ਤੋੜੀ ਆ ਪੰਜਾਬ ਦੀ ਰੀੜ੍ਹ ਦੀ ਹੱਡੀ, ਠੀਕ ਹੈ। ਮਾਰਚ ਦੇ ਵਿੱਚ ਲੋਕਡਾਊਨ ਤੋਂ ਜੂਨ ਦੇ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ 1,16,000 ਨੌਜਵਾਨ ਪਿੱਟ ਪਿੱਟ ਬਾਹਰ ਆ ਗਏ ਵੀ ਸਾਨੂੰ ਟੀਕੇ ਦੇ ਦਿਓ, ਸਾਨੂੰ ਗੋਲੀਆਂ ਦੇ ਦਿਓ, ਸਾਨੂੰ ਚਿੱਟਾ ਦੇ ਦਿਓ, ਨਹੀਂ ਅਸੀਂ ਮਰ ਜਾਵਾਂਗੇ। ਸੋ ਜਦੋਂ ਲੋਕਡਾਊਨ ਲੱਗਿਆ ਉਹਨਾਂ ਨੂੰ ਘਰਾਂ 'ਚ ਬੰਦ ਕੀਤਾ ਗਿਆ ਤਾਂ ਉਹਨਾਂ ਨੇ ਸ਼ਰੇਆਮ ਬਾਹਰ ਆ ਕੇ ਡਰੱਗ ਅਡਿਕਟਡ ਸੈਂਟਰਾਂ 'ਚ ਦੱਸਿਆ 1,16,000 ਨੌਜਵਾਨ ਸਿਰਫ 4 ਮਹੀਨਿਆਂ ਦੇ ਅੰਕੜਾ ਕਿ ਅਸੀਂ ਮਰ ਜਾਵਾਂਗੇ, ਨਹੀਂ ਸਾਨੂੰ ਨਸ਼ਾ ਦਿਓ। ਸੋ ਉਹ ਸਾਨੂੰ ਦੱਸ ਦਿਓ ਵੀ ਜਿਹੜਾ ਇਹ ਅੰਕੜਾ ਬਾਹਰ ਆਇਆ, ਤੁਸੀਂ ਕਿਹੜਾ ਨਸ਼ਿਆਂ ਦਾ ਲੱਕ ਤੋੜਿਆ, ਜਾਂ ਤੁਸੀਂ ਪੰਜਾਬ ਦੀ ਜਵਾਨੀ ਦਾ ਲੱਕ ਤੋੜਿਆ, ਜਾਂ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਿਆ। ਸੋ ਇਹ ਜਿਹੜਾ ਵਾਹਿਗੁਰੂ ਆ, ਕੁਦਰਤ ਇਹ ਕੰਮ ਕਰ ਰਹੀ ਆਸ ਪਾਸ। ਕਲਯੁੱਗ ਦਾ ਵੀ ਵੇਲਾ ਹੁੰਦਾ, ਤੁਹਾਡਾ ਵੇਲਾ ਆਇਆ ਕਲਯੁੱਗ ਦਾ, ਪਰ ਹੁਣ ਇੱਕ ਟਾਈਮ ਜਾ ਕੇ ਸੱਚ ਦਾ ਵੀ ਵੇਲਾ ਆਉਂਦਾ। ਸੋ ਸੱਚ ਦਾ ਵੇਲਾ ਆ ਗਿਆ। ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਰ ਰਹੇ ਹਾਂ ਕਿਉਂਕਿ ਰਾਣੋਂ ਦਾ ਫੜਿਆ ਜਾਣਾ ਪੰਜਾਬ ਦੇ ਵਿੱਚ, ਅਤੇ ਦੂਸਰੀ ਗੱਲ ਜਿਹੜੀ ਤਰਨ ਤਾਰਨ ਦੇ ਵਿੱਚ ਨਸ਼ੇ ਦੀ ਡਰੱਗ ਰੁਕ ਨਹੀਂ ਰਿਹਾ। ਅਸੀਂ ਕੈਪਟਨ ਸਾਹਿਬ ਖੁਦ ਗ੍ਰਹਿ ਮੰਤਰਾਲਾ ਸੰਭਾਲ ਰਹੇ ਹਾਂ, ਇਸ ਕਰਕੇ ਕੈਪਟਨ ਸਾਹਿਬ ਨੂੰ ਬੇਨਤੀ ਕਰਨਾ ਹੈ ਵੀ ਭਾਈ ਲੋਕੋ ਜਾਗੋ, ਅਤੇ 2014 ਦੇ ਵਿੱਚ ਗੁਟਕਾ ਸਾਹਿਬ ਦੀ ਸੌਂਹ ਖਾਧੀ ਸੀ ਅਤੇ ਨਸ਼ਾ ਮਾਫੀਆ ਰੋਕਣ ਦੀ, ਰੋਕੋ ਨਸ਼ਾ ਨਹੀਂ ਤਾਂ ਲੋਕ ਮਰ ਜਾਣਗੇ। ਐਸਟੀਐਫ ਵਾਕਈ ਸੰਜੀਦਾ, ਕਿਉਂਕਿ ਐਸਟੀਐਫ ਨੇ ਫੜਿਆ ਤਾਂ ਉਹਦਾ ਧੰਨਵਾਦ, ਪਰ ਜਿਹੜੇ ਬੈਠ ਕੇ ਪੁਲਿਸ ਪ੍ਰਸ਼ਾਸਨ ਉਹਦੇ ਨਾਲ ਚਾਹ ਪੀਂਦਾ ਸੀ ਉਹ ਵੀ ਜਾਂਚ ਦੇ ਦਾਇਰੇ 'ਚ। ਦੇਖੋ ਜੀ, ਪੰਜਾਬ ਦੇ ਵਿੱਚ ਧਰਨਾ ਲਾਉਣਾ ਕਿਸਾਨਾਂ ਦੀ ਮਜਬੂਰੀ ਆ ਕਿਉਂਕਿ ਸਭ ਨੂੰ ਕੋਰੋਨਾ ਦਾ ਡਰ ਹੈ। ਜਿਹੜਾ ਕੇਂਦਰ ਕੋਰੋਨਾ ਦੇ ਵਿੱਚ ਕਾਲਾ ਬਿੱਲ ਲੈ ਕੇ ਆਇਆ, ਜੇ ਹੁਣ ਉਹਨੇ ਨਹੀਂ ਪਰਵਾਹ ਕੀਤੀ ਤਾਂ ਅਸੀਂ ਕੀ ਕਰਨੀ ਹੈ। ਅੱਜ ਦੀ ਦੇਰ 'ਚ ਜ਼ਰੂਰਤ ਦੇ ਵਿੱਚ ਸੋਚਣ ਦੀ ਗੱਲ ਇਹ ਆ ਬਈ ਆਪਾਂ ਉਹਨਾਂ ਦਾ ਕਿੰਨਾ ਸਾਥ ਦੇ ਕੇ ਸੰਘਰਸ਼ ਕਿਵੇਂ ਸਫਲ ਕਰਦੇ ਹਾਂ। ਆਮ ਆਦਮੀ ਪਾਰਟੀ ਪੰਜਾਬ ਦੀ ਮਿੱਟੀ ਦੇ ਪੁੱਤ ਬਣ ਕੇ, ਧੀਆਂ ਪੁੱਤ ਬਣ ਕੇ ਉਹਨਾਂ ਦੇ ਨਾਲ ਚੱਲੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ, ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।